ਸੂਬੇ ਦੇ ਵਿੱਚ ਅਵਾਰਾ ਕੁੱਤਿਆਂ ਨੇ ਕਿਸ ਕਦਰ ਕਹਿਰ ਮਚਾਇਆ ਹੋਇਆ ਇਸ ਦੀ ਗਵਾਹੀ ਭਰਦੀਆਂ ਨੇ ਇਹ ਸੀਸੀਟੀਵੀ ਤਸਵੀਰਾਂ। ਇੱਕ 7 ਸਾਲ ਦੀ ਮਾਸੂਮ ਬੱਚੀ ਸੜਕ ਤੇ ਤੁਰੀ ਜਾ ਰਹੀ ਹੈ। ਇਹਨੇ ਨੂੰ ਕੁੱਤਿਆਂ ਦੇ ਝੁੰਡ ਨੇ ਇਸ ਬੱਚੀ ਨੂੰ ਫੜ ਲਿਆ ਔਰ ਇੱਕ ਸਾਈਡ ਤੇ ਜਾ ਕੇ ਨੋਚ ਦਿੱਤਾ। ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਸੜਕ ਤੋਂ ਬੱਚੀ ਨੂੰ ਘੜੀਸ ਕੇ ਇਹ ਕੁੱਤੇ ਸਾਈਡ ਤੇ ਲੈ ਜਾਂਦੇ ਨੇ। ਲੁਧਿਆਣਾ ਦੇ ਬਾੜੋਵਾਲ ਰੋਡ ਦੀਆਂ ਇਹ ਤਸਵੀਰਾਂ ਨੇ। 4 ਅਵਾਰਾ ਕੁੱਤਿਆਂ ਨੇ ਇਸ ਬੱਚੀ ਤੇ ਹਮਲਾ ਕੀਤਾ, ਕੁਝ ਸੈਕਿੰਡ ਇਸ ਬੱਚੀ ਨੂੰ ਨੋਚਦੇ ਰਹੇ। ਇਹਨੇ ਨੂੰ ਰੌਲਾ ਸੁਣ ਕੇ ਮੁਹੱਲੇ ਦੇ ਲੋਕ ਇਕੱਠੇ ਹੋਏ, ਜਿਨ੍ਹਾਂ ਨੇ ਬੜੀ ਮੁਸ਼ਕਤ ਬਾਅਦ ਕੁੱਤਿਆਂ ਦੇ ਝੁੰਡ ਦੇ ਵਿੱਚੋਂ ਇਸ ਬੱਚੀ ਨੂੰ ਬਾਹਰ ਕੱਢਿਆ। ਫਿਰ ਕਿਤੇ ਜਾ ਕੇ ਇਸ ਬੱਚੀ ਦੀ ਜਾਨ ਬਚੀ। ਮੁਹੱਲੇ ਦੇ ਲੋਕਾਂ ਨੇ ਪੀੜਤ ਬੱਚੀ ਨੂੰ ਜ਼ਖਮੀ ਹਾਲਤ ਵਿੱਚ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ, ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ। ਹਾਲੇ ਵੀ ਇਸ ਬੱਚੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕ 7 ਸਾਲ ਦੀ ਮਾਸੂਮ ਬੱਚੀ ਆਪਣੀ ਮਸਤੀ ਦੇ ਵਿੱਚ ਸੜਕ ਤੇ ਤੁਰੀ ਜਾ ਰਹੀ ਹੈ। ਇਹਨੇ ਨੂੰ ਕੁੱਤਿਆਂ ਦੇ ਝੁੰਡ ਨੇ ਇੱਕਦਮ ਹਮਲਾ ਕੀਤਾ, ਘੜੀਸ ਕੇ ਇੱਕ ਸਾਈਡ ਤੇ ਲੈ ਗਏ ਔਰ ਨੋਚਣ ਲੱਗੇ। ਰੌਲਾ ਸੁਣ ਕੇ ਮੁਹੱਲੇ ਦੇ ਲੋਕ ਇਕੱਠੇ ਹੋਏ, ਜਿਨ੍ਹਾਂ ਨੇ ਬੜੀ ਮੁਸ਼ਕਤ ਬਾਅਦ ਇਸ ਬੱਚੀ ਦੀ ਜਾਨ ਬਚਾਈ ਤਾਂ ਜ਼ਖਮੀ ਹਾਲਤ ਵਿੱਚ ਬੱਚੇ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਹ ਕੋਈ ਪਹਿਲੀਆਂ ਤਸਵੀਰਾਂ ਪੰਜਾਬ ਦੇ ਵਿੱਚ ਸਾਹਮਣੇ ਨਹੀਂ ਆਈਆਂ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵੱਖ ਵੱਖ ਕੋਨਿਆਂ ਦੇ ਵਿੱਚ ਅਵਾਰਾ ਕੁੱਤਿਆਂ ਦਾ ਆਤੰਕ ਸਾਹਮਣੇ ਆਇਆ ਹੈ। ਲੋੜ ਹੈ ਸਾਵਧਾਨ ਰਹਿਣ ਦੀ ਔਰ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਅਵਾਰਾ ਕੁੱਤਿਆਂ ਨੂੰ ਨੱਥ ਪਾਉਣ ਦੇ ਲਈ ਅਹਿਮ ਕਦਮ ਚੁੱਕਣੇ ਚਾਹੀਦੇ ਨੇ। ਸੂਬੇ ਦੇ ਵਿੱਚ ਅਵਾਰਾ ਕੁੱਤਿਆਂ ਨੇ ਕਿਸ ਕਦਰ ਕਹਿਰ ਮਚਾਇਆ ਹੋਇਆ ਇਸ ਦੀ ਗਵਾਹੀ ਭਰਦੀਆਂ ਨੇ ਇਹ ਸੀਸੀਟੀਵੀ ਤਸਵੀਰਾਂ। ਇੱਕ 7 ਸਾਲ ਦੀ ਮਾਸੂਮ ਬੱਚੀ ਸੜਕ ਤੇ ਤੁਰੀ ਜਾ ਰਹੀ ਹੈ। ਇਹਨੇ ਨੂੰ ਕੁੱਤਿਆਂ ਦੇ ਝੁੰਡ ਨੇ ਇਸ ਬੱਚੀ ਨੂੰ ਫੜ ਲਿਆ ਔਰ ਇੱਕ ਸਾਈਡ ਤੇ ਜਾ ਕੇ ਨੋਚ ਦਿੱਤਾ। ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਸੜਕ ਤੋਂ ਬੱਚੀ ਨੂੰ ਘੜੀਸ ਕੇ ਇਹ ਕੁੱਤੇ ਸਾਈਡ ਤੇ ਲੈ ਜਾਂਦੇ ਨੇ। ਲੁਧਿਆਣਾ ਦੇ ਬਾੜੋਵਾਲ ਰੋਡ ਦੀਆਂ ਇਹ ਤਸਵੀਰਾਂ ਨੇ। 4 ਅਵਾਰਾ ਕੁੱਤਿਆਂ ਨੇ ਇਸ ਬੱਚੀ ਤੇ ਹਮਲਾ ਕੀਤਾ, ਕੁਝ ਸੈਕਿੰਡ ਇਸ ਬੱਚੀ ਨੂੰ ਨੋਚਦੇ ਰਹੇ। ਇਹਨੇ ਨੂੰ ਰੌਲਾ ਸੁਣ ਕੇ ਮੁਹੱਲੇ ਦੇ ਲੋਕ ਇਕੱਠੇ ਹੋਏ, ਜਿਨ੍ਹਾਂ ਨੇ ਬੜੀ ਮੁਸ਼ਕਤ ਬਾਅਦ ਕੁੱਤਿਆਂ ਦੇ ਝੁੰਡ ਦੇ ਵਿੱਚੋਂ ਇਸ ਬੱਚੀ ਨੂੰ ਬਾਹਰ ਕੱਢਿਆ। ਫਿਰ ਕਿਤੇ ਜਾ ਕੇ ਇਸ ਬੱਚੀ ਦੀ ਜਾਨ ਬਚੀ। ਮੁਹੱਲੇ ਦੇ ਲੋਕਾਂ ਨੇ ਪੀੜਤ ਬੱਚੀ ਨੂੰ ਜ਼ਖਮੀ ਹਾਲਤ ਵਿੱਚ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ, ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ। ਹਾਲੇ ਵੀ ਇਸ ਬੱਚੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕ 7 ਸਾਲ ਦੀ ਮਾਸੂਮ ਬੱਚੀ ਆਪਣੀ ਮਸਤੀ ਦੇ ਵਿੱਚ ਸੜਕ ਤੇ ਤੁਰੀ ਜਾ ਰਹੀ ਹੈ। ਇਹਨੇ ਨੂੰ ਕੁੱਤਿਆਂ ਦੇ ਝੁੰਡ ਨੇ ਇੱਕਦਮ ਹਮਲਾ ਕੀਤਾ, ਘੜੀਸ ਕੇ ਇੱਕ ਸਾਈਡ ਤੇ ਲੈ ਗਏ ਔਰ ਨੋਚਣ ਲੱਗੇ। ਰੌਲਾ ਸੁਣ ਕੇ ਮੁਹੱਲੇ ਦੇ ਲੋਕ ਇਕੱਠੇ ਹੋਏ, ਜਿਨ੍ਹਾਂ ਨੇ ਬੜੀ ਮੁਸ਼ਕਤ ਬਾਅਦ ਇਸ ਬੱਚੀ ਦੀ ਜਾਨ ਬਚਾਈ ਤਾਂ ਜ਼ਖਮੀ ਹਾਲਤ ਵਿੱਚ ਬੱਚੇ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਹ ਕੋਈ ਪਹਿਲੀਆਂ ਤਸਵੀਰਾਂ ਪੰਜਾਬ ਦੇ ਵਿੱਚ ਸਾਹਮਣੇ ਨਹੀਂ ਆਈਆਂ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵੱਖ ਵੱਖ ਕੋਨਿਆਂ ਦੇ ਵਿੱਚ ਅਵਾਰਾ ਕੁੱਤਿਆਂ ਦਾ ਆਤੰਕ ਸਾਹਮਣੇ ਆਇਆ ਹੈ। ਲੋੜ ਹੈ ਸਾਵਧਾਨ ਰਹਿਣ ਦੀ ਔਰ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਅਵਾਰਾ ਕੁੱਤਿਆਂ ਨੂੰ ਨੱਥ ਪਾਉਣ ਦੇ ਲਈ ਅਹਿਮ ਕਦਮ ਚੁੱਕਣੇ ਚਾਹੀਦੇ ਨੇ।